यहीं रुकेंगे। आ गया जट शराबी। गिल साहब कहते मैं हार्ट वाले पास गोली नहीं मरवानी बी। एवें नहीं फिर गुगू गिल गुगू गिल। लो जी सज गई है चपाल शिकारियां दे नाल। महा शिकारी भी नाल। महा शिकारी भी नाल। ते लखारी भी नाल। अपनी जड़ी वेब सीरीज है शिकारी वो रिलीज हो चुकी है जी। बल्ले बल्ले होई पई है। ते बाबे दी मेहर है जी। गिल साहब जदों थोनू मैं ये गल कीती भी कुछ इहो जिहा दिमाग च थोनू उदो लगता सीगा भी जिहड़ा अपना फर्स्ट सीजन आया भी आपां नूं रिस्पोंस इदां मिलेगा जां इदां करके? एक गल दा तां मैनूं यकीन सी क्योंकि आपां इकट्ठे काम कर चुके हैं जी। मैनूं इह यकीन सी कि जो तुसीं लिखिया होणा उह अच्छा ही होणा है। वाहिगुरू। क्योंकि तुसीं शुरुआती दौर तों ही पिंडां च रहे हो, असलीयत तों वाकफ हो, पंजाब नूं और पिंडां नूं अच्छे ढंग नाल जाणदे हो। लेकिन इस हद तक इस नूं सारिआं ने पसंद करना इन्ना नहीं सी पता। इन्ना नहीं। हाँ बहुत प्यार मिले आपां नूं ते सारिआं दा शुक्रिया अदा करना चाहुंदे आपां। अभी भाई तुसीं फर्स्ट दे विच है नहीं सीगे, जदों तुसीं देखी तुहानूं किते ऐं गल लगी सी ਜਿਵੇਂ ਹੁੰਦਾ ਹੀ ਆ ਵੀ ਯਾਰ ਮੈਂ ਵੀ ਕਿਤੇ ਇਹਦੇ ਚ ਹੁੰਦਾ? ਮੈਂ ਦੇਖੀ, ਮੈਂ ਪਹਿਲਾਂ ਨਹੀਂ ਸੀ, ਮੈਨੂੰ ਪਤਾ ਨਹੀਂ ਸੀ ਲੱਗਿਆ। ਮੈਂ ਦੇਖਿਆ ਇੱਕ ਦਿਨ ਇੱਦਾਂ ਹੀ ਫੇਸਬੁੱਕ 'ਤੇ ਦੇਖਦੇ ਦੇਖਦੇ ਮੈਨੂੰ ਉਹ ਸੀਨ ਲੱਭਿਆ ਜਿੱਥੇ ਗੁੱਗੂ ਬਾਈ ਜੀ ਇਹਨਾਂ ਨੂੰ ਲਿਖੇ ਜਾਂਦੇ ਨੇ ਵੀ ਆ ਚੱਕ ਲਓ ਮੁੰਡੇ ਬੱਬੂ ਘਾਟ। ਹਾਂ ਮੋਟਰਸਾਈਕਲ, ਮੋਟਰਸਾਈਕਲਾਂ ਵਾਲਾ ਉਹਦਾ ਟੈਗ ਹੁੰਦਾ ਸੀ ਗੁੱਗੂ ਗਿੱਲ ਨੇ ਖਰੀਦੇ 75 ਲੱਖ ਦੇ ਮੋਟਰਸਾਈਕਲ। ਉਹ ਦੇਖਿਆ ਸੀਨ, ਮੈਂ ਯਾਰ ਇਹ ਕਿਹੜਾ, ਇਹ ਪਤਾ ਲੱਗਿਆ ਵੀ ਸ਼ਿਕਾਰੀ। ਫਿਰ ਮੈਂ ਬਾਅਦ 'ਚੋਂ ਦੇਖੀ ਸ਼ਿਕਾਰੀ, ਫਿਰ ਮੈਨੂੰ ਇੱਕਦਮ ਡਬਲ ਹੋ ਗਈ ਗੱਲ। ਮੈਂ ਕਿਸੇ ਨੂੰ ਨੀ ਦੱਸਿਆ ਸੀ ਵੀ ਬਾਈ ਹੈਗੇ। ਇਹ ਤਾਂ ਜਦੋਂ ਹੁਣ ਟ੍ਰੇਲਰ ਆਇਆ ਤੇ ਉਹਦੇ ਥੱਲੇ ਚੱਲਿਆ ਜਦੋਂ ਵੀ ਠੀਕ ਹੈ ਬਾਈ ਵੀ ਮਹਾਸ਼ਿਕਾਰੀ ਅਸੀਂ ਮੇਚਾ ਬਾਈ ਦਾ ਮੈਂ ਮੰਗਵਾ ਲਿਆ ਕਹਿ ਕੇ। ਮੈਨੂੰ ਥੋੜਾ ਜਿਹਾ ਹੁੰਦਾ ਵੀ ਕੱਪੜੇ ਕੁਪੜਿਆਂ ਦਾ ਨਾ ਮੈਂ ਧਿਆਨ ਰੱਖਾਂ, ਇਹਨਾਂ ਦਾ ਮੈਂ ਡਿਜ਼ਾਈਨ ਕਰਦਾ ਪਿਆ ਸੀ। ਜਦੋਂ ਉੱਥੇ ਗਏ ਪਤਾ ਨੀ ਟੇਲਰ ਮਾਸਟਰ ਦਾ ਅੱਗਾ ਪਿੱਛਾ ਹੋ ਗਿਆ, ਇੰਨਾ ਭੀੜਾ ਆਪਦੇ ਜਾਣੇ ਉਹਨੇ ਖੁੱਲਾ ਰੱਖਿਆ ਸੀ ਤੇ ਮੈਂ ਪਹਿਲਾਂ ਹੀ ਲੈ ਕੇ ਚੱਲਿਆ ਸੀ। ਮੈਂ ਕਿਹਾ ਮੀਟਰ ਮੀਟਰ ਦੋ ਦੋ ਮੀਟਰ ਨਾ ਸੇਮ ਕੱਪੜਾ ਨਾਲ ਰੱਖਿਓ, ਕੋਈ ਪਤਾ ਨਹੀਂ ਉੱਥੇ ਵੀ ਕੰਮ ਅੱਗੇ ਪਿੱਛੇ ਹੋ ਸਕਦਾ ਕਿਉਂਕਿ ਉਸਤਾਦ ਜੀ ਦਾ ਕੰਮ ਚੱਲਦਾ, ਉਵੇਂ ਵੀ ਵੱਧ ਵੀ ਸਕਦਾ, ਵੇਟ ਘੱਟ ਗਿਆ ਤਾਂ ਚਲੋ ਕੋਈ ਪ੍ਰੋਬਲਮ ਨਹੀਂ, ਟਾਈਟ ਕਰ ਲਾਂਗੇ। ਦੁੱਗਲ ਸਾਹਿਬ ਹਾਂਜੀ, ਸਿੰਪਲ ਜਿਹਾ ਸਵਾਲ ਹੈ, ਤੁਹਾਡਾ ਸੁਭਾਅ ਕਿਵੇਂ ਬਣਿਆ? ਮੈਂ ਤੁਹਾਨੂੰ ਦੱਸਿਆ, ਇਹਨਾਂ ਨੇ ਮੈਨੂੰ ਦੱਸਿਆ ਪਹਿਲਾਂ ਮੇਰੇ ਸਾਹਿਬ ਨੇ ਕਿ ਇੱਦਾਂ ਦਾ ਇੱਕ ਆਈਡੀਆ ਹੈਗਾ। ਮੈਨੂੰ ਵੀ ਲੱਗਿਆ ਯਾਰ ਫਿਲਮਾਂ ਬਣਦੀਆਂ ਹੀਰੋ ਨੂੰ ਲੈ ਕੇ, ਇਹਨੂੰ ਲੈ ਕੇ, ਇਹ ਤਾਂ ਗੱਲਬਾਤ ਬਣਨੀ ਨਹੀਂ ਹੈਗੀ। ਤੇ ਜਦੋਂ ਸ਼ਿਕਾਰੀ ਦਾ ਪਹਿਲਾ ਸੀਜ਼ਨ ਆ ਹੀ ਗਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਚਲੋ ਮੈਂ ਉਹਦਾ ਹਿੱਸਾ ਬਣਿਆ ਜੀ ਜੀ। ਤੇ ਮੈਂ ਸਾਰਿਆਂ ਨੂੰ ਪਹਿਲਾਂ ਇਹਨੂੰ ਫੋਨ, ਮੈਂ ਕਿਹਾ ਯਾਰ ਮੈਨੂੰ ਪਤਾ ਨਹੀਂ ਸੀ ਕਿ ਚੀਜ਼ ਇੰਨੀ ਵਧੀਆ ਬਣੂਗੀ, ਇੰਨੀ ਹਿੱਟ ਹੋਊਗੀ। ਹਾਂਜੀ ਪ੍ਰਿੰਸ ਵੀਰ, ਇੱਕ ਗੱਲ ਤੁਸੀਂ ਵੀ ਦੱਸੋ ਜੀ ਕਿ ਪਿੰਡ ਚੱਕਾਂ ਦੇ ਸ਼ਿਕਾਰੀ ਦਾ ਕੀ ਮਤਲਬ ਹੋਇਆ, ਤੁਹਾਨੂੰ ਆਈਡੀਆ ਕਿੱਥੋਂ ਮਿਲਿਆ, ਚੱਕਾਂ ਦੇ ਸ਼ਿਕਾਰੀ ਕਿੱਥੋਂ ਦੇ ਹੋਏ? ਅੱਜ ਅਸਲ 'ਚ ਮੈਂ ਤੁਹਾਨੂੰ ਦੱਸਦਾ ਵੀ ਮੈਂ ਬਹੁਤ ਸੋਚੇ, ਬਹੁਤ ਸੋਚਿਆ ਵੀ ਫਲਾਨੇ ਪਿੰਡ ਦੇ ਇੱਥੋਂ ਦੇ ਇੱਥੋਂ ਦੇ, ਫਿਰ ਮੈਂ ਕਿਹਾ ਵੀ ਸ਼ਾਇਦ ਨਾ ਚੱਕਾਂ ਪਿੰਡ ਹੈ ਨਹੀਂ ਫਿਕਸ਼ਨ ਦਾ। ਕਈ ਵਾਰੀ ਉਹ ਪਾਕਿਸਤਾਨ ਦੀ ਮੈਂ ਇੱਕ ਇੰਟਰਵਿਊ ਦੇਖਦਾ ਪਿਆ ਸੀ ਤੇ ਉਹਦੇ ਜਿਹੜਾ ਵੀ ਚੱਕ ਫਲਾਨਾ ਚੱਕ ਇੰਨਾ ਨੰਬਰ ਪਾਏ ਜੀ, ਉਹ ਨੰਬਰ ਦੇ ਹਿਸਾਬ ਨਾਲ ਸੀ। ਫਿਰ ਮੈਂ ਕਿਹਾ ਵੀ ਪੰਜਾਬ 'ਚ ਆਪਣੇ ਵੀ ਚੱਕ ਕੋਈ ਮੈਨੂੰ ਲੱਗਦਾ ਹੈ ਨਹੀਂ ਪਿੰਡ, ਉਹਨੂੰ ਫਿਰ ਚੱਕਾਂ ਕਰ ਲਿਆ ਵੀ ਚੱਕਾਂ ਦੇ। ਉਹ ਵੈਸੇ ਤੁਹਾਡੀ ਨੌਲੇਜ ਹੈ ਨਹੀਂ, ਆਪਣੇ ਤਾਂ ਬਹੁਤ ਚੱਕ ਹੈਗੇ ਵੈਸੇ, ਬਹੁਤ ਹੈਗੇ ਚੱਕ ਦੂਏ ਵਾਲਾ ਨਹੀਂ, ਚੱਕ ਦੂਏ ਵਾਲਾ ਉਹ ਉਵੇਂ ਆ ਵੀ ਕੱਲਾ ਚੱਕਾਂ ਪਿੰਡ, ਚੱਕਾਂ ਪਿੰਡ ਦੀ ਵੀ ਚੱਕਾਂ ਕੱਲਾ ਹੈ ਨਹੀਂ। ਫਿਰ ਮੈਂ ਕਿਹਾ ਵੀ ਨਾਲ ਨਾ ਜੁੜੂ ਕਿਸੇ ਦੇ ਵੀ ਫਿਕਸ਼ਨ ਉਵੇਂ ਰੱਖ ਲਓ ਉੱਥੋਂ ਉਵੇਂ ਕਰਕੇ। ਇਹਦੇ ਨਾਲ ਇੱਕ ਗੱਲ ਹੋਰ ਵੀ ਜੁੜਦੀ ਸੀ, ਮੈਂ ਜਦੋਂ ਸ਼ਿਕਾਰੀ ਟਾਈਟਲ ਲੈਣਾ ਸੀਗਾ
ਤੇ ਉਹ ਕਿਸੇ ਹੋਰ ਨੇ ਰਜਿਸਟਰਡ ਕਰਾਇਆ ਹੋਇਆ ਸੀ ਉਹ ਮੈਨੂੰ ਕਹਿੰਦਾ ਉੱਥੇ ਜਿਹੜਾ ਮੁੰਡਾ ਲੱਗਿਆ ਹੋਇਆ ਵਿਕਰਮ ਹੈ ਉਹ ਮੈਨੂੰ ਕਹਿੰਦਾ ਵੀ ਇਹਦੇ ਅੱਗੇ ਕੁਛ ਲਾ ਦਿਓ ਫੇਰ ਮੈਂ ਉਹ ਮੈਂ ਕਿਹਾ ਵੀ ਉਹ ਵੀ ਠੀਕ ਹੈ ਮੈਂ ਦੋਨੇ ਕਰਾਉਂਦਾ ਸੀ ਇਹ ਜ਼ਿਆਦਾ ਵਧੀਆ ਸਮਾਂ ਮੈਨੂੰ ਤਾਂ ਐਂ ਲੱਗਦਾ ਹੈ ਹਾਂ ਪਿੰਡ ਚੱਕਾਂ ਦੇ ਜਿੰਦਾਰੀ ਉਹ ਜ਼ਿਆਦਾ ਵਧੀਆ ਲੱਗੇ ਬਣਦੀ ਹੈ ਗੱਲ ਮੈਨੂੰ ਡੈਡੀ ਕਹਿੰਦੇ ਹੁੰਦੇ ਸੀ ਕਹਿੰਦੇ ਪੁੱਤ ਆਰਟ ਤੇ ਹਾਰਟ ਤੇ ਹਾਰਟ ਅੱਛਾ ਅੱਛਾ ਹਾਰਟ ਅੱਛਾ ਵੀ ਜਿਹੜਾ ਬੜੀ ਡੂੰਗੀ ਗੱਲ ਹੈ ਉਹ ਦਿਲ ਤੋਂ ਹੈ ਹਾਰਟ ਦੇ ਨੇੜੇ ਸਿੱਧਾ ਲਿੰਕ ਆ ਇੱਥੋਂ ਹੀ ਕਰਨਾ ਜੇ ਇਹਦੇ ਵਿਚਾਲੇ ਮਾਈਂਡ ਆਇਆ ਜੇ ਦਿਮਾਗ ਆਇਆ ਤਾਂ ਆਰਟ ਮਾਈਂਡ ਕਰ ਜੂਗਾ ਇਹਨੇ ਹਰੇਕ ਵਾਰੀ ਗੱਲ ਕਰਨੀ ਮੇਰੀ ਫਿਲਮ ਸ਼ੁਰੂ ਹੁੰਦੀ ਆ ਮੈਨੂੰ ਹਮੇਸ਼ਾ ਲੱਗਣਾ ਮੈਂ ਯਾਰ ਬੰਦਾ ਬੜਾ ਕ੍ਰੀਏਟਿਵ ਸੋਚਦਾ ਇਹ ਬਿਲਕੁਲ ਪੇਂਡੂ ਜੜਾਂ ਨਾਲ ਜੁੜਿਆ ਹੋਇਆ ਉੱਥੋਂ ਦੀ ਇਹਦਾ ਇੱਕ ਮੈਂ ਵੇਖਿਆ ਮੈਨੂੰ ਬੜੀਆਂ ਕਹਾਣੀਆਂ ਸੁਣੀਆਂ ਮੈਂ ਇੱਥੋਂ ਰਾਜ ਗੱਡੀ 'ਚ ਜਾਂਦੇ ਜਾਂਦੇ ਇੱਧਰ ਜਾਂਦੇ ਇੱਕ ਤਾਂ ਰੂਟੀਨ ਦੀਆਂ ਸਿਨੇਮਾ ਬਣਦਾ ਉਹਨੂੰ ਮੈਂ ਇਹ ਕੁਝ ਅਲੱਗ ਕਤੇਤੇ ਦੀ ਅਲੱਗ ਹੀ ਹੁੰਦੀ ਹੈ ਕੁਛ ਨਾ ਕਿਤੇ ਦਿਮਾਗ ਕਿਸੇ ਦੂਜੇ ਪਾਸੇ ਹੁੰਦਾ ਨੀਰਜ ਜਦ ਆਪਾਂ ਸ਼ੂਟ ਕਰਦੇ ਸੀ ਤਾਂ ਡਾਇਰੈਕਟਰ ਕਈ ਦਫ਼ਾ ਇਹ ਸੋਚਦਾ ਜਾਂ ਰਾਈਟਰ ਕਈ ਵਾਰੀ ਇਹ ਸੋਚਦਾ ਕਿ ਜੋ ਮੈਂ ਲਿਖਤਾ ਉਹਦੇ ਤੋਂ ਇੱਕ ਲਫ਼ਜ਼ ਅੱਗੇ ਪਿੱਛੇ ਜਾਂ ਡਾਇਰੈਕਟਰ ਇਹ ਕਹਿੰਦਾ ਜੋ ਮੈਂ ਕਹਿਤਾ ਇਹਨਾਂ ਦੋਵਾਂ ਨੇ ਆਪਾਂ ਨੂੰ ਇਹ ਕਿਹਾ ਵੀ ਆਹ ਚੀਜ਼ ਹਿੱਲਣੀ ਨਹੀਂ ਚਾਹੀਦੀ ਇਹਦਾ ਮਕਸਦ ਇਹੀ ਰਹਿਣਾ ਚਾਹੀਦਾ ਜੇ ਕੋਈ ਖੂਬਸੂਰਤ ਲਫ਼ਜ਼ ਤੁਹਾਨੂੰ ਮਿਲਦਾ ਜਾਂ ਕੋਈ ਲਾਈਨ ਮਿਲਦੀ ਹੈ ਤਾਂ ਜੋੜ ਦੂੰਗਾ ਇਹ ਜਿਹੜੀ ਖੁੱਲ੍ਹ ਦਿੱਤੀ ਹੈ ਨਾ ਉਹਦੇ ਨਾਲ ਵੀ ਇੱਕ ਬਿਲਕੁਲ ਬਹੁਤ ਚੀਜ਼ਾਂ ਨਿਕਲੀਆਂ ਮਿਆਉ ਵਾਲੀ ਚੀਜ਼ ਨਿਕਲੀ ਫਿਰ ਉਹ ਕਿੱਡੀ ਵਧੀਆ ਨਿਕਲੀ ਹੈ ਮੋਰ ਪੈਲ ਪਾਵੇ ਸੱਪ ਜਾਵੇ ਖੱਡ ਨੂੰ ਬਗਲਾ ਭਗਤ ਚੱਕ ਲਿਆਵੇ ਲੱਡ ਨੂੰ ਬਿਲਕੁਲ ਉਹ ਗਾਣਾ ਅੱਛਾ ਇਹਦੇ ਤੇ ਨਾ ਤੁਹਾਡੇ ਜਦੋਂ ਆਪਾਂ ਪਾਉਣੇ ਇਹਦੇ ਤੇ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਤਾਂ ਆਪਣੇ ਭੈਣ ਭਰਾ ਵੇਖਦੇ ਆ ਜਿਹੜੇ ਭਰਾ ਜੀ ਕਈਆਂ ਨੇ ਉਹ ਮੋਰ ਪੈਲ ਪਾਵੇ ਸੱਪ ਜਾਵੇ ਖੱਡ ਨੂੰ ਕਿਉਂਕਿ ਟ੍ਰੇਲਰ 'ਚ ਉਹਦਾ ਬੋਲਿਆ ਜੀ ਤਾਂ ਉਹਦੇ ਨਾਲ ਜਿਹੜਾ ਮੁਕੰਮਲ ਕੀਤਾ ਉਸ ਲਾਈਨ ਨੂੰ ਉਹਨਾਂ ਨੇ ਉਹਨਾਂ ਨੂੰ ਪਤਾ ਲੱਗਣਾ ਵੀ ਆਪਾਂ ਕੌਣ ਬੋਲ ਜੀ ਜੀ ਉਹ ਆਪਾਂ ਉਹਦੇ ਚ ਤਾਂ ਪੂਰਾ ਬੋਲਿਆ ਨਾ ਜੀ 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 ਤੇ ਟ੍ਰੇਲਰ 'ਚ ਇਹ ਥੋੜਾ ਦੱਸਿਆ ਇਹਨਾਂ ਨੇ ਅੱਛਾ ਇੱਕ ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ ਜੀ ਹਟਮਾ ਸਵਾਲ ਇਸ ਲਈ ਹੈ ਕਿ ਸਾਨੂੰ ਬੜੇ ਲੋਕ ਪੁੱਛਦੇ ਨੇ ਜੀ ਕਿਉਂਕਿ ਜਿਵੇਂ ਆਪਾਂ ਰੂਟੀਨ ਸਿਨੇਮੇ ਦੀ ਗੱਲ ਕਰਦੇ ਹਾਂ ਕਿਉਂਕਿ ਹਟ ਕੇ ਸ਼ਿਕਾਰੀ ਵਾਲਾ ਕੌਨਸੈਪਟ ਹੈ ਇਹ ਆਈਡੀਆ ਕਿੱਥੋਂ ਆਇਆ ਕਿ ਸਾਡੇ ਵਰਗੇ ਬੰਦਿਆਂ ਨੂੰ ਲੈ ਕੇ ਅਸਲ 'ਚ ਮੇਰੇ ਮਿੱਤਰ ਆ ਆਸਟ੍ਰੇਲੀਆ ਰਾਜਦੀਪ ਲਾਲੀ ਅਸੀਂ ਗੱਲਾਂ ਕਰੀ ਜਾਈਏ ਅਤੇ ਉਹਨਾਂ ਨੇ ਮੈਨੂੰ ਗੱਲ ਸੁਣਾਈ ਪੁਰਾਣੇ ਟਾਈਮ 'ਤੇ ਬੰਦੇ ਸੀਗੇ ਅਤੇ ਸ਼ੌਂਕ ਸ਼ੌਕੀਨ ਵੀ ਇੱਦਾਂ ਦਾ ਸ਼ੌਂਕ ਵੀ ਡਾਕੇ ਦਾ ਵੀ ਸ਼ੌਂਕ ਐਂ ਮੇਰੇ ਚੱਲ ਪਈ ਹੁਣ ਡੱਬੀਆਂ ਡੁੱਬੀਆਂ ਤੇ ਉਹ ਸਾਰਾ ਚਾਂਦੀ ਦੀਆਂ ਡੱਬੀਆਂ ਉਹ ਤਾਂ ਮੇਰੇ ਵੜਿਆ ਹੀ ਆ ਮਾਹੌਲ ਆਪਣੇ ਰਹੀ ਉਵੇਂ ਕਰਕੇ ਉਹ ਜਦੋਂ ਗੱਲ ਚੱਲੀ ਉਹਨੇ ਕੀਤੀ ਤੇ ਫੋਨ ਤੇ ਗੱਲ ਹੋਈ ਸੀ ਸਾਡੀ ਕਰਦੇ 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 ਮੈਂ ਉਹਨੂੰ ਕਿਹਾ ਇੱਕ ਮਿੰਟ ਫੋਨ ਕੱਟ ਉਹਨੇ ਫੋਨ ਕੱਟਿਆ ਮੈਂ ਅੱਧੇ ਘੰਟੇ ਬਾਅਦ ਬੈਕ ਕਾਲ ਆ ਲਈ ਮੈਂ ਕਿਹਾ ਵੀ ਵੱਡੀ ਉਮਰ ਦੇ ਬੰਦੇ ਲੈਨੇ ਵੀ ਜਵਾਨੀ 'ਚ ਸੀਗਾ ਉਹ ਪੂਰਾ ਨੀ ਹੋਇਆ ਐ ਚੱਲਦੇ ਇਹਦਾ ਮਤਲਬ ਆਪਾਂ ਵੱਡੀ ਉਮਰ ਦੇ ਬੰਦੇ ਆਪਾਂ ਕੱਲ ਦੇ ਮੰਨ ਨਹੀਂ ਰਹੇ ਅਸੀਂ ਉਮਰ ਅੱਜ ਕੀ ਰੱਖਿਆ ਵੱਡੀ ਆ ਇਹ ਗੱਲ ਚਲੋ ਇਹ ਹਾਂ ਕਰੈਕਟਰ ਵੱਡੀ ਉਮਰ ਵਾਲੇ ਕਰੈਕਟਰ ਵੱਡੀ ਉਮਰ ਵਾਲੇ ਇੱਕ ਗੱਲ ਹੋਰ ਵਧੀਆ ਪ੍ਰਿੰਸ ਨੂੰ ਜੋ ਜੇ ਆਪਾਂ ਕੋਈ ਕਿੱਸਾ ਸੁਣਾਇਆ ਨਾ ਜਿਵੇਂ ਮੈਂ ਅਕਸਰ ਕੋਈ ਨਾ ਕੋਈ ਸੁਣਾਉਂਦਾ ਰਹਿੰਦਾ ਸੀ ਤਾਂ ਇਹਨਾਂ ਨੇ ਉਹਦੇ ਵਿੱਚੋਂ ਵਧੀਆ ਜਿਹੀ ਆਈਡੀਆ ਚੱਕ ਲਿਆ ਹੁਣ ਪੁਰਾਣਾ ਕਿਤੋਂ ਸੁਣਿਆ ਸੀ ਅਸੀਂ ਮੈਂ ਇਹਨਾਂ ਨੂੰ ਦੱਸਿਆ ਵੀ ਉਹ ਇੱਕ ਇੱਕ ਦੁਸ਼ਮਣੀ 'ਚ ਬੰਦਾ ਮਾਰ ਕੇ ਉੱਠ ਨੂੰ ਖਵਾ ਉੱਠ ਨੂੰ ਇਹਨੇ ਪਾਤਾ ਉਹਦੇ ਵਿੱਚ ਬਿਲਕੁਲ ਅਸਲ 'ਚ ਜਿਹੜੀਆਂ ਆਪਣੀਆਂ ਕਹਾਣੀ ਦੇ ਨਾਲ ਬਾਕੀ ਸਾਰਾ ਸੈਟਅਪ ਰਿਹਾ ਵੀ ਆਪਣੇ ਕੈਮਰਾਮੈਨ ਸਾਰਾ ਜਿਹਨਾਂ
ਪਰ ਜਿਹੜੀਆਂ ਲੋਕੇਸ਼ਨਾਂ ਸੀ ਉਹਨਾਂ ਦਾ ਬਹੁਤ ਵੱਡਾ ਬਹੁਤ ਵੱਡਾ ਉਹਨਾਂ ਦਾ ਬਹੁਤ ਵੱਡਾ ਔਰ ਇਹਨਾਂ ਲੋਕੇਸ਼ਨ ਬੋਲਦੀ ਹੈ ਇਹਦਾ ਜਿਹੜਾ ਸ਼ਰੇ ਜਾਂਦਾ ਸਾਡੇ ਪਰਲੇ ਇਲਾਕੇ ਨੂੰ ਹਾਂ ਜੇ ਤੁਸੀਂ ਟੌਪ ਤੇ ਵੀ ਕੈਮਰਾ ਲੈ ਗਏ ਉਹਨਾਂ ਤੇ ਦੂਰ ਤੱਕ ਉਹ ਲੋਕੇਸ਼ਨ ਸਾਰੀ ਇੱਕੋ ਜਿਹੀ ਇੱਕੋ ਜਿਹੀ ਲੱਗੀ ਐ ਨਹੀਂ ਵੀ ਆਪਾਂ ਸੈੱਟ ਇੱਕ ਥਾਂ ਦੇ ਲਾਇਆ ਦੂਰ ਤੱਕ ਇਹੋ ਜਿਹੇ ਮਕਾਨ ਉਹੋ ਜਿਹਾ ਦੇਸੀ ਮਾਹੌਲ ਬਿਲਕੁਲ ਇਹ ਵਧੀਆ ਗੱਲ ਅੱਛਾ ਹੌਬੀ ਬਈ ਤੁਸੀਂ ਗਾਉਂਦੇ ਹੁੰਦੇ ਸੀ ਪਹਿਲਾਂ ਹਨਾ ਮੈਨੂੰ ਪਤਾ ਲੱਗਾ ਵੀ ਤੁਸੀਂ ਬਤੌਰ ਸਿੰਗਰ ਵੀ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਗਾਉਂਦੇ ਸੀ ਨਾ ਕੱਚਾ ਕੈਸਟ ਵਾਲਾ ਕੈਸਟ ਦੇ ਉੱਤੇ ਰੈਪਰ ਜਾ ਤੇ ਉਹ ਮੈਨੂੰ ਬੜਾ ਪਸੰਦ ਆ ਬਾਈ ਹੌਬੀ ਦਾ ਕੀ ਸੀ ਬਾਈ ਉਹ ਕਹਿੰਦੇ ਜੱਟ ਵਰਗਾ ਯਾਰ ਨਹੀਂ ਜੀ ਸੋਣਾ ਲੱਭ ਲਈ ਮਰ ਜਾਏਗੀ ਇੱਕ ਸਥਾਈ ਅੰਤਰਾ ਸੁਣਾਓ ਹੋ ਨਹੀਂ ਤੂੰ ਖੜੀ ਨਹੀਂ ਮੁੱਟਿਆਰੇ ਮੁੰਡਾ ਖੜ ਕੇ ਕੁੜੀ ਨੂੰ ਬਾਚਾ ਮਾਰੇ ਕਾ ਤੋਂ ਭੁੱਲ ਗਈ ਏ ਵੈਰ ਨੇ ਬੁਲਾਉਣਾ ਭੁੱਲ ਗਈ ਏ ਵੈਰ ਨੇ ਬੁਲਾਉਣਾ ਨੀ ਲੱਭਦੀ ਮਰ ਜਾਏਗੀ ਜੱਟ ਵਰਗਾ ਜੱਟ ਵਰਗਾ ਯਾਰ ਨੀ ਥਿਉਣਾ ਤੂੰ ਲੱਭਦੀ ਮਰ ਜਾਏਗੀ ਵਾਹ ਵਾਹ ਬਹੁਤ ਅੱਛੇ ਅੱਛਾ ਤੁਸੀਂ ਦੇਖ ਲਓ ਵੀ ਬਾਲੀਵੁੱਡ ਦੇ ਵਿੱਚ ਸ਼ੁਰੂ ਤੋਂ ਹੀ ਲਾ ਲਈਏ ਹਿਸਾਬ ਵੀ ਪੰਜਾਬੀ ਗਾਣਿਆਂ ਦੀ ਤਰਜ਼ ਤੇ ਵੀ ਆਉਂਦੇ ਰਹੇ ਆ ਤੇ ਪੰਜਾਬੀ ਗਾਣੇ ਵੀ ਆਉਂਦੇ ਰਹੇ ਆ ਜਿਵੇਂ ਅਮਿਤਾਭ ਬੱਚਨ ਸ਼ਸ਼ੀ ਕਪੂਰ ਦਾ ਸੁਹਾਗ ਫਿਲਮ ਦਾ ਵੀ ਸ਼ਾਇਦ ਓਪੀ ਨਈਅਰ ਸਾਹਿਬ ਸਾਰੀਆਂ ਧੁਨਾਂ ਪੰਜਾਬੀ ਤੁਹਾਨੂੰ ਕੀ ਲੱਗਦਾ ਸਰ ਹੁਣ ਕੋਈ ਪਿੱਛੇ ਇਹਦੇ 'ਚ ਕੋਈ ਲੱਗਾ ਦਾ ਤੁਹਾਨੂੰ ਵੀ ਕੋਈ ਗਾਣਾ ਪੰਜਾਬੀ ਗਾਣਿਆਂ ਦੀ ਨਕਲ ਹਮੇਸ਼ਾ ਤੋਂ ਹੀ ਹੁੰਦੀ ਰਹੀ ਹੈ ਮੈਂ ਇੱਕ ਦਿਨ ਗਾਣਾ ਸੁਣ ਰਿਹਾ ਸੀ ਹਾਂਜੀ ਤੇ ਮੈਨੂੰ ਉਸ ਗਾਣੇ ਤੋਂ ਆਈਡੀਆ ਆਇਆ ਕਿ ਇਹ ਤਾਂ ਪੰਜਾਬੀ ਗਾਣੇ ਦਾ ਦੀ ਨਕਲ ਕੀਤੀ ਇਹਨਾਂ ਨੇ ਹਿੰਦੀ ਦੇ ਵਿੱਚ ਕਿਹੜਾ ਹਿੰਦੀ ਗਾਣਾ ਕਿਹੜਾ ਸੀ ਹਿੰਦੀ ਗਾਣਾ ਕਿਹੜਾ ਉਹ ਗਾਣਾ ਨਹੀਂ ਹੈ ਇਹ ਕਿਆ ਬੋਲਤੀ ਹਾਥੀ ਕਿਆ ਖੰਡਾ ਘੁੰਮੇਂਗੇ ਫੇਰੇਂਗੇ ਐਸ਼ ਕਰੇਂਗੇ ਔਰ ਕਿਆ ਉਹ ਸੁਣਿਆ ਨਾ ਉਹ ਗਾਣਾ ਪਤਾ ਕਿਹੜਾ ਸੀ ਜਿਹਦੀ ਉਹ ਨਕਲ ਹੈ ਵਿੱਚ ਖੇਤਾਂ ਦੇ ਵੇਲਾਣੀ ਪਤ ਹਰੇ ਹਰੇ ਦੋ ਕੜੀਆਂ ਗਰ ਨਾਮ ਕੁਰੇ ਨੀ ਚੱਲ ਬਾਹਰ ਖੰਡਾਲਾ ਤੇ ਬਾਹਰ ਲੱਗਾ ਵੀ ਦੋ ਕੜੀਆਂ ਚੱਲ ਬਾਹਰਲੇ ਘਰੇ ਵੀ ਆਤੀ ਗਿਆ ਖੰਡਾਲਾ ਕਈ ਵਾਰੀ ਤੁਸੀਂ ਦਵਾਈ ਦਿੰਦੇ ਆ ਜ਼ੁਕਾਮ ਗਲਾ ਖਰਾਬ ਬੀਪੀ ਨਹੀਂ ਵੱਧਦਾ ਆਪਣੀ ਵੈਬ ਸੀਰੀਜ਼ ਹਾਂਜੀ ਇੱਕ ਤੁਹਾਡੇ ਤੋਂ ਆ ਕੇ ਪ੍ਰਸ਼ਾਦ ਪ੍ਰਸ਼ੂਦ ਵੀ ਕਹਿੰਦੇ ਵੀ ਪ੍ਰਸ਼ਾਦ ਦੇ ਦਿਓ ਜੀ ਤੁਹਾਡਾ ਮਤਲਬ ਨੁਸਖਾ ਦੱਸ ਰਿਹਾ ਤੁਹਾਨੂੰ ਪੁਰਾਣੇ ਵੈਦ ਨਹੀਂ ਵੇਖੇ ਸੀ ਉਹ ਦਵਾਈ ਕੁੱਟ ਕੇ ਦਿੰਦੇ ਸੀ ਕਿੰਨੇ ਵਾਰ ਤਾਂ ਤੁਹਾਨੂੰ ਖਵਾਈ ਹੈ ਸਾਡੇ ਵੇਖਣ ਵਾਲੇ ਕੁਛ ਗਲਤ ਨਾ ਸੋਚ ਲੈਣ ਉਹ ਅਸੀਂ ਉਹਦੀ ਗੱਲ ਕਰ ਰਹੇ ਹਾਂ ਜਿਹੜਾ ਅਸੀਂ ਫਿਲਮ ਦੇ ਵਿੱਚ ਵੇਖਿਆ ਬਿਲਕੁਲ ਔਰ ਮੈਨੂੰ ਸੁੱਖੀ ਬਾਈ ਦੀ ਗੱਲ ਬੜੀ ਕਹਿਣ ਲੱਗਦੇ ਸੀ ਵੀ ਉਹ ਤੁਹਾਡੀ ਇੰਨੀ ਰਿਸਪੈਕਟ ਕਰਦੇ ਆ ਜਿਹੜੇ ਬੈੱਡ ਤੇ ਤੁਸੀਂ ਬਹਿੰਦੇ ਸੀ ਉਹਦੇ ਤੇ ਕਦੇ ਤੁਹਾਡੇ ਐ ਨਹੀਂ ਬਰੋਬਰ ਉਧਰ ਸਾਈਡ ਤੇ ਜਾਂ ਇਧਰ ਉਵੇਂ ਕਰਕੇ ਸੁੱਖੀ ਬਾਈ ਬੜਾ ਉਹਨਾਂ ਨੇ ਸਾਰੇ ਛੋਟੇ ਵੀਰ ਬਹੁਤ ਪਿਆਰ ਕਰਦੇ ਤੀਜੀ ਹੁਣ ਕਰਨੀ ਹੈ ਜੇ ਉਹਨੂੰ ਭਰਾਵਾ ਸਿਆਲਾਂ ਚ ਕਰ ਲਈ ਗਰਮੀ ਅੱਛਾ ਆ ਕੀ ਕਰ ਰਿਹਾ ਨਹੀਂ ਇੱਕ ਵਾਰੀ ਤਾਂ ਠੀਕ ਹੈ ਭਾਈ ਸਾਹਿਬ ਦੋਨੋਂ ਵਾਰੀ ਗਰਮੀ ਚ ਐਤਕੀ ਮਾਰਚ ਅਪ੍ਰੈਲ ਚ ਕਰ ਲਾਂਗੇ ਅੱਛਾ ਆਪਾਂ ਆਈਏ ਹੁਣ ਆ ਜਿਹੜਾ ਰਿਲੀਜ਼ ਹੋਇਆ ਆਪਣਾ ਤੁਹਾਨੂੰ ਤਾਂ ਫੋਂਡਤਾ ਮਾਰਤਾ ਮੈਂ ਤਾਂ ਯਾਰ ਸ਼ਿਕਾਰੀ ਆਪਣਾ ਵਾਰਨਿੰਗ ਤੈਨੂੰ ਵੀ ਮਾਰਤਾ ਇਹ ਤਾਂ ਰਾਈਟਰ ਦੇ ਹੱਥ ਹੁੰਦਾ ਚਲੋ ਇਹ ਆਪਾਂ ਥੋੜਾ ਜਿਹਾ ਸਸਪੈਂਸ ਦੇਖਣ ਵਾਲਿਆਂ ਨੂੰ ਵੀ ਕਵਾਂਗੇ ਤੁਸੀਂ ਡਿਮਾਂਡ ਦਿਓ ਇਹਨੂੰ ਦੇਖ ਲਿਆ ਤੁਸੀਂ ਆਪਦੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਾਈ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਜਿਉਂਦੇ ਹੋਵੋਗੇ ਦੁਬਾਰਾ ਇਹ ਬੰਦਾ ਮਰਿਆ ਵੀ ਨਹੀਂ ਮੈਨੂੰ ਤਾਂ ਐਂ ਲੱਗਦਾ ਨਹੀਂ ਮਰੇ ਤਾਂ ਹੈਗੇ ਆ ਮਰ ਗਿਆ ਸੀ ਇੱਕ ਸ਼ਰਾਰਤ ਤਾਂ ਕੀਤੀ ਇਹਨਾਂ ਨੇ ਹੱਥ ਉਹ ਜਾਂਦਾ ਜਾਂਦਾ ਥੋੜ੍ਹਾ ਕਰਦਾ ਹੁੰਦਾ ਬੰਦਾ ਜੇ ਸਾਡੇ ਪਹਿਲਾਂ ਬੜਾ ਹੀ ਤੈਨੂੰ ਘੇਰਾਂਗੇ ਲੱਭ ਲੱਭ ਕੁੱਟਾਂਗੇ ਅੱਛਾ ਜਦੋਂ ਫਾਇਰਿੰਗ ਵਾਲਾ ਚੱਲਦਾ ਸੀ ਗਿੱਲ ਸਾਹਿਬ ਕਹਿੰਦੇ ਮੈਂ ਹਾਰਟ ਵਾਲੇ ਪਾਸੇ ਗੋਲੀ ਨੀ ਮਰਵਾਉਣੀ ਬਈ ਪੱਕਾ ਕੰਮ ਨੀ ਕਰਨਾ ਡੈਗਦੇ ਨਾ ਹੋਵੇ ਵੀ ਇੱਧਰ ਮਰਵਾ ਕੇ ਕਹਿ ਰਹੇ ਮਰ ਗਏ ਅੱਛਾ ਪਰ ਗਏ ਆ ਜਿਹੜਾ ਵੈਸੇ ਤਾਂ ਚਲੋ ਇਹਨਾਂ ਦਾ ਔਰਾ ਇਹਨਾਂ ਦਾ ਕਰੈਕਟਰ ਹੀ ਆਪਾਂ ਉਵੇਂ ਰੱਖਿਆ ਵੀ ਉਸ ਕਿਸਮ ਦਾ ਵੀ ਗੋਲੀਆਂ ਵੱਜੀਆਂ ਤਾਂ ਜਾ ਰਹੇ ਹਨਾ ਥੋੜੀ ਜਿਹੀ ਪੇਨ ਹੈ
ਪਰ ਇੱਕ ਰੰਜ ਵੀ ਹੈ ਹੈ ਨਾ ਤੁਰੇ ਜਾਂਦੇ ਆ ਵੀ ਜੇ ਅਗਲੀ ਸ਼ੁਰੂ ਕੀਤੀ ਤਾਂ ਮੈਨੂੰ ਹਸਪਤਾਲ ਚੋਂ ਨਾ ਸ਼ੁਰੂ ਕਰਨੀ ਪਈ ਤੁਰ ਕੇ ਉੱਥੇ ਆ ਕੇ ਕਹਿੰਦੇ ਆ ਯਾਰ ਕੱਢੀ ਚਾਰ ਕਾ ਜਿਹੜੀਆਂ ਇੱਕ ਸਵਾਲ ਦੀ ਗੱਲ ਹੈ ਭੱਜਿਆ ਜਾਂਦਾ ਹੀ ਲਿਖ ਦਿੰਦਾ ਸਾਰਾ ਕੁਝ ਮੈਨੂੰ ਐ ਹੁੰਦਾ ਵੀ ਆ ਪਤਾ ਨਹੀਂ ਕੀ ਚਲਾਉਂਦੇ ਚਲਾਉਂਦੇ ਤੇ ਅਸੀਂ ਨਾ ਕਹਾਣੀ ਦੇ ਦਿਮਾਗ 'ਚ ਹੈਗੀ ਸਾਡਾ ਤਾਂ ਐਵੇਂ ਇਹਨਾਂ ਨੂੰ ਧਿਆਨ ਚਲੇ ਜਾਂਦਾ ਮੇਰਾ ਹੁਣ ਪੂਰਾ ਮਨ ਬਣਿਆ ਹੋਇਆ ਜਿਹੜੀ ਨਰੇਸ਼ਨ ਕਰਨੀ ਆ ਉੱਥੇ ਪਿੰਡ ਜਾ ਕੇ ਕਰਨੀ ਠੀਕ ਹੈ ਚਮਕ ਪਿੱਛੇ ਜੇ ਹਿੰਦੀ ਵੈਬ ਸੀਰੀਜ਼ ਗੱਲ ਤੁਹਾਡੀ ਅਸਲ ਚ ਕੀ ਸੀਗਾ ਅਸੀਂ ਛੋਟੇ ਛੋਟੇ ਸੀ ਤੇ ਸਾਡੇ ਮੁੰਡਾ ਬਿੱਟੂ ਸੀਗਾ ਤੇ ਉਹਦੀ ਮੰਮੀ ਨੂੰ ਸਾਰੇ ਹੀ ਝਾਈ ਕਹਿੰਦੇ ਸੀ ਨਾਥ ਕੇ ਵੱਜਦੇ ਸੀ ਤੇ ਵੀ ਪੈਸੇ ਪੂਸੇ ਪਾਏ ਤੇ ਉਹਨਾਂ ਦੇ ਘਰੇ VCR ਲਿਆਇਆ ਕਰਨਾ ਉਹਨੇ ਤੇ ਸੀਰੀਅਲ ਚੱਲ ਪਿਆ ਚੰਦਰਕਾਂਤ ਯੱਕੂ ਹੁੰਦਾ ਸੀ ਉਹਦੇ 2000 ਹੁੰਦੇ ਸੀ ਹਾਂਜੀ ਉਹ ਸਾਨੂੰ ਕਹਿੰਦੇ ਵੀ ਇਹ ਸਾਡਾ ਚਾਚਾ ਬਿੱਟੂ ਕਹਿੰਦਾ ਅਸੀਂ ਕਿਹਾ ਕੌਣ ਕਹਿੰਦੇ ਆਹ ਜਿਹੜਾ ਫਿਰ ਤੁਸੀਂ ਮੰਨਣਾ ਨੀ ਬਾਈ ਜੀ ਸੀ ਨਾਥ ਮੇਰੇ ਦੁੱਗਲ ਸਾਹਿਬ ਇਹਨਾਂ ਦੇ ਤੁਹਾਡੇ ਚਾਚਾ ਜੀ ਜਿਹੜੇ ਯੱਕੂ ਦੇ ਯਾਰ ਇਹ ਸੀਗੇ ਯਾਰ ਸੀਗੇ ਉਹਨਾਂ ਨੇ ਸਾਨੂੰ ਦੱਸਤਾ ਅਸੀਂ ਫਿਰ ਮੈਨੂੰ ਲੱਗਦਾ ਵੀ ਮੈਂ ਸਾਲ 2 ਸਾਲ ਵੀ ਬਰਫ਼ ਲਿਆਉਣੀ ਮੈਨੂੰ ਪਤਾ ਸੀ ਵੀ ਸਾਈ ਤੋਂ ਬਰਫ਼ ਅੱਜ ਲਿਆ ਕੇ ਦੇਣੀ ਹੈ ਇੰਨੇ ਵਜੇ ਸਕੰਜ ਵੀ ਬਣਾਉਂਦੇ ਉਹ ਨਿੰਬੂ ਦੇਣੇ ਆ ਕੋਈ ਕੰਮ ਹੈ ਵੀ ਝਾਈ ਨੇ ਕੰਮ ਝਾਈ ਮੈਨੂੰ ਕੰਮ ਕਹਿਣਾ ਸਾਨੂੰ ਐਂ ਲੱਗਦਾ ਸੀ ਵੀ ਇਹ ਬੰਦਾ ਜਦੋਂ ਆਊਗਾ ਇਹ ਸਾਨੂੰ ਬੰਬੇ ਲੈ ਬੰਬੇ ਵਾਲਾ ਇੱਥੇ ਆ ਗਿਆ ਇਹ ਨਹੀਂ ਪਤਾ ਬੰਬੇ ਵਾਲੇ ਨੂੰ ਕੰਮ ਅਸੀਂ ਦੇਣਾ ਬੰਬੇ ਆ ਉਲਟਾ ਹੋ ਗਿਆ ਗਿੱਲ ਸਾਹਿਬ ਤੁਸੀਂ ਇਸ ਲਾਈਨ ਬੰਨੀ ਨੂੰ ਕਿਵੇਂ ਮੇਰਾ ਤਾਂ ਸਾਰੇ ਕਈ ਵਾਰੀ ਦੱਸਿਆ ਵੀ ਹੈ ਇੰਟਰਵਿਊ ਦੇ ਵਿੱਚ ਸਾਰੇ ਜਾਣਦੇ ਹੀ ਮੈਂ ਮੇਰੇ ਤਾਂ ਅੱਗੇ ਨਾ ਪਿੱਛੇ ਨਾ ਕੋਈ ਰਿਸ਼ਤੇਦਾਰ ਕੋਈ ਇਸ ਲਾਈਨ 'ਚ ਹੈ ਹੀ ਨਹੀਂ ਸੀ ਅਤੇ ਉਹ ਮੇਰੇ ਵੱਡੇ ਵੀਰ ਹੋਰਾਂ ਨੇ ਅਤੇ ਉਹਨਾਂ ਨੇ ਰਲ ਮਿਲ ਕੇ ਪ੍ਰੋਗਰਾਮ ਬਣਾਇਆ ਜਿਹੜੀ ਫਿਲਮ ਬਣਾਈ ਸੀ ਪੁੱਤ ਜੱਟਾਂ ਜੀ ਜੀ ਉਹ ਮੇਰੇ ਪਿੰਡ ਤਕਰੀਬਨ 40% ਸ਼ੂਟਿੰਗ ਹੋਈ ਹੋਣੀ ਹੈ ਜਾਂ ਅੱਧ ਪਚੱਧ ਜੀ ਅਤੇ ਬਾਕੀ ਬੰਬੇ ਹੋਈ ਸੀ ਅਤੇ ਉਹਦੇ ਵਿੱਚ ਬਸ ਐਂ ਮੈਨੂੰ ਇੱਕ ਸੀਨ ਦੇ ਵਿੱਚ ਬਿਠਾ ਤਾ ਡਾਇਰੈਕਟਰ ਨੇ ਇੱਕ ਲਾਈਨ ਦੇ ਦੀ ਬੋਲਣ ਵਾਸਤੇ ਉਹ ਇੱਕ ਸਕਰੀਨ ਟੈਸਟ ਸੀ ਉਹ ਲਾਈਨ ਕੀ ਸੀ ਪਹਿਲਾਂ ਉਹ ਸੀ ਮੈਨੂੰ ਵੀ ਲੱਗਿਆ ਸੀ ਕੁੱਤੇ ਲੜਦੇ ਆ ਮੈਂ ਡਾਇਰੈਕਟਰ ਨੂੰ ਲਾਈਨ ਵੀ ਐਂ ਮਿਲੀ ਕਿਉਂਕਿ ਪੁੱਤ ਜੱਟਾਂ ਦੇ ਪੁਰਾਣੀ ਪੁੱਤ ਜੱਟਾਂ ਦੇ ਉਹਦੇ ਵਿੱਚ ਕੀ ਸੀ ਮੈਂ ਡਾਇਰੈਕਟਰ ਨੂੰ ਕਿਹਾ ਜਗਜੀਤ ਭਾਅ ਜੀ ਨੂੰ ਕਿ ਕੁੱਤੇ ਵਿਖਾਓ ਤੁਸੀਂ ਇਹਦੇ ਵਿੱਚ ਨਾ ਲੜਾਈ ਕਰਾਉਣੇ ਆਪਾਂ ਕੁੱਤਿਆਂ ਦੀ ਅਤੇ ਬੜੀ ਚੰਗੀ ਲੱਗੂਗੀ ਉਹ ਕਹਿੰਦੇ ਚੱਲ ਠੀਕ ਹੈ ਮੈਨੂੰ ਤਾਂ ਸ਼ੌਕ ਸੀ ਵੀ ਮੇਰੇ ਕੁੱਤੇ ਦਿਸਣੇ ਚਾਹੀਦੇ ਆ ਫਿਲਮ 'ਚ ਤਾਂ ਉਹਨਾਂ ਨੇ ਮੈਨੂੰ ਇੱਕ ਲਾਈਨ ਬੋਲਣ ਨੂੰ ਦੇ ਦਿੱਤੀ ਉਹ ਲਾਈਨ ਸੀ ਵੀ ਲੈ ਬੈ ਜਗੀਰਿਆ ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਗੱਭਰੂ ਪੰਜਾਬ ਦਾ ਤੋਂ ਬਾਅਦ ਗੱਭਰੂ ਪੰਜਾਬ ਦਾ ਵੇਲੇ ਮੈਨੂੰ ਉਸੇ ਡਾਇਰੈਕਟਰ ਨੇ ਕਿਉਂਕਿ ਫਿਲਮ ਬਣਾਈ ਸੀ ਉਹਨਾਂ ਨੇ ਵਿਲਨ ਦਾ ਰੋਲ ਦੇ ਦਿੱਤਾ ਉਹ ਤਾਂ ਦਿੱਤਾ ਵੀ ਇਹਨੂੰ ਪੈਸੇ ਨਹੀਂ ਦੇਣੇ ਪੈਣੇ ਉਹ ਫਿਲਮ ਪਹਿਲਾਂ ਬਣੀ ਸੀ ਹਰਿਆਣਵੀ ਜ਼ਬਾਨ 'ਚ ਤੇ ਕਿਉਂਕਿ ਮੈਨੂੰ ਬਾਗੜੀ ਬੋਲਣੀ ਆਉਂਦੀ ਸੀ ਕਿਉਂਕਿ ਪਰਲੇ ਪਾਸੇ ਸਾਡੇ ਬਿਸ਼ਨੋਈਆਂ ਜੱਟਾਂ ਦੇ ਪਿੰਡ ਰਹਿ ਜਾਂਦੇ ਆ ਰਾਜਸਥਾਨ ਬਾਰਡਰ ਤੇ ਉਹ ਉਹਨਾਂ ਨਾਲ ਪੁਰਾਣੇ ਭਾਈਚਾਰੇ ਹੈ ਤੇ ਉਹ ਮੈਨੂੰ ਮੈਂ ਬੋਲ ਲੈਣਾ ਜੀ ਉਸ ਵਜ੍ਹਾ ਨਾਲ ਤੇ ਇੱਕ ਸੀ ਵੀ ਪੈਸੇ ਨਹੀਂ ਦੇਣੇ ਦੋਵੇਂ ਗੱਲਾਂ ਰਲ ਗਈਆਂ ਤੇ ਉਹ ਕਰੈਕਟਰ ਹਿੱਟ ਹੋ ਗਿਆ ਫਿਲਮ ਵੀ ਅੱਛੀ ਗਈ ਤੇ ਫਿਰ ਪਹਿਲੀ ਬਾਹਰ ਦੀ ਫਿਲਮ ਮੈਂ ਤੁਹਾਨੂੰ ਦੱਸਣ ਲੱਗਿਆ ਸੀ 88 'ਚ ਬਣੀ ਸੀਗੀ ਜੱਟ ਦੀ ਜ਼ਮੀਨ ਓ ਬਹੁਤ ਕਹਿਣਾ ਬਹੁਤ ਕਮਾਲ ਦਾ ਰੋਲ ਸੀ ਉਹ ਬੜਾ ਪਸੰਦ ਕੀਤਾ ਸਾਰਿਆਂ ਨੇ ਜਿਹੜਾ ਉਹ ਉਹਦੇ 'ਚ ਜਿਹੜਾ ਤੁਸੀਂ ਕੋਈ ਡਾਇਲੋਗ ਸੁਣਾਓ ਜਿਹੜਾ ਬਾਗੜੀ ਭਾਸ਼ਾ 'ਚ ਉਹਦੇ 'ਚ ਬੋਲਿਆ ਹੋਵੇ ਉਹਦੇ 'ਚ ਸੀ ਤੈਨੂੰ ਨਾ ਜਾਣੀਏ ਕਿ ਜੋ ਜੱਗ ਹੈ ਜਾਗੇ ਮਤਲਬ ਜੱਗਾ ਜੀ ਜੱਗਾ ਓਕੇ ਜਾਗੇ ਰਾਮ ਸੀ ਉਹਦਾ ਨਾਂ ਤੈਨੂੰ ਨਾ ਜਾਣੀਏ ਕਿ ਜੋ ਜਾਗੇ ਜਾਗੇ ਰਾਮ ਤੇਰੀ ਮੋਟੀ ਮੋਟੀ ਨਸੀਲੀ ਅੱਖਾਂ ਮੈਂ ਡੂਬ ਗਿਆ ਤੇਰੇ ਚਿੱਕਣੇ ਗਾਲਾਂ ਪੈ ਤਿਸਲ ਗਿਆ ਰਹਿ ਤੇਰੇ ਜੈਸੀ ਛੋਰੀਆਂ ਇਸ ਹਵੇਲੀ ਮੈਂ ਬਾਹਰ ਬਣ ਗਿਆ ਈ ਐਰ ਸੁਬਾ ਉੱਤੇ ਹੀ ਪੱਤਝੜ ਗਏ ਪੱਤਿਆਂ ਦੀ ਤਰ੍ਹਾਂ ਬਾਹਰ ਗਏ ਬਾਹਰ ਕਰਦੀ ਇਬ ਤੇਰੀ ਹੈਸੀਅਤ ਇਸ ਹਵੇਲੀ ਮੈਂ ਇੱਕ ਪ੍ਰਕਟੀ ਚਿੜੀਆ ਦੀ ਤਰ੍ਹਾਂ ਹੋ ਗਈ ਜੋ ਫੜਫੜਾ ਤੋਂ ਸਕੇ ਪਰ ਉੜਕੋ ਨਹੀਂ ਸਕੇ ਅੱਛਾ ਚਲੋ ਸਾਰਿਆਂ ਦਾ ਕੰਮ ਹੋ ਗਿਆ
ਹੁਣ ਇੱਧਰ ਮਾੜਾ ਜਿਹਾ ਚਾਨਣਾ ਪਾ ਦੀਆਂ ਲਿਖਦੇ ਤਾਂ ਜਨਾਬ ਵਧੀਆ ਹੈਗੇ ਹੀ ਹੈ ਅਤੇ ਮੈਂ ਸੁਣਿਆ ਉਹ ਵੀ ਸੀ ਆਰ ਤੋਂ ਫਿਲਮਾਂ ਦੇਖ ਦੇਖ ਕੇ ਜਿਹੜਾ ਐਕਟਿੰਗ ਦਾ ਕੀੜਾ ਚੰਦਰ ਕਾਂਤ ਇਹ ਕਿੱਦਾਂ ਅਸਲ 'ਚ ਛੋਟਾ ਹੁੰਦਾ ਸੀ ਮੈਨੂੰ ਫੋਟੋਆਂ ਬਹੁਤ ਖੇਡਦਾ ਸੀ ਪੱਤੇ ਮੈਂ ਅੱਛਾ ਅੱਛਾ ਫੋਟੋਆਂ ਪਹਿਲਾਂ ਜਿਵੇਂ ਹੁਣ ਵੱਡੇ ਪੋਸਟਰ ਆ ਉਦੋਂ ਐਡੀਆਂ ਐਡੀਆਂ ਫੋਟੋਆਂ ਛੋਟੇ ਪੋਸਟਰ ਹੁੰਦੇ ਉਹ ਜਿਵੇਂ ਤਾਸ਼ ਖੇਡਦੇ ਹਾਂ ਅਸੀਂ ਐਕਟਰ ਮੰਗਣ ਖੇਡਦੇ ਸੀ ਵੀ ਪੰਜਾਂ ਦੇ ਧਰਮਿੰਦਰ ਦੇ ਦੇ ਐਂ ਚੱਲਦਾ ਹੁੰਦਾ ਸੀ ਸਿੱਟਾ ਨਾਲ ਖੜੇ ਕਹਿੰਦੇ ਹੁੰਦੇ ਸੀ ਮਾਰ ਚੌਥਾ ਮਾਰ ਚੌਥਾ ਵੀ ਲੜ ਵੀ ਪੈਂਦੇ ਸੀ ਉਹ ਕਹਿੰਦਾ ਸੀ ਨਾਨਾ ਪਾਟੇਕਰਾ ਕਹਿੰਦਾ ਨਹੀਂ ਸਾਲਿਆ ਪਾਲੇ ਖਾਨ ਦੇ ਵਿੱਚ ਜੈਕੀ ਸ਼ਰਾਫ ਦੇ ਦਾੜੀ ਸੀਗੀ ਵੀ ਜੇ ਦਾੜੀ ਉਦੋਂ ਨਾਨਾ ਪਾਟੇਕਰ ਹੀ ਸੀਗਾ ਜਿਹੜਾ ਦਾੜੀ ਵਾਲਾ ਸੀ ਅੱਛਾ ਜੇ ਕਿਸੇ ਦੇ ਨਕਲੀ ਵੀ ਲਾਈ ਹੁੰਦੀ ਤਾਂ ਅਸੀਂ ਕਹਿਣ ਲੱਗ ਜਾਂਦੇ ਸੀ ਨਾਨਾ ਪਾਟੇਕਰ ਵੀ ਉਦੋਂ ਮਾਹੌਲ ਚੱਲਿਆ ਫਿਰ ਵੀ ਸੀ ਆਰ ਫਿਰ ਮਨ ਚ ਆਏ ਹੁੰਦਾ ਸੀ ਵੀ ਯਾਰ ਲੰਬੂ ਦੀਆਂ ਨਾ ਪੰਜ ਫਿਲਮਾਂ ਦੇਖਣੀਆਂ ਦੇਖਣੀਆਂ ਜ਼ਿੰਦਗੀ 'ਚ ਅਤੇ ਮਿਸਟਰ ਨਟਵਰ ਲਾਲ ਹਜੇ ਵੀ ਮੈਂ ਪੂਰੀ ਨਹੀਂ ਦੇਖੀ ਅੱਛਾ ਰਿਸ਼ਤੇਦਾਰੀ ਚ ਨਾ ਕੋਈ ਜਾਣ ਪਹਿਚਾਣ ਫਿਲਮ ਵਾਲਾ ਲੇਕਿਨ ਮੈਂ ਅੱਜ ਸੋਚਦਾ ਵੀ ਕਿਤੇ ਨਾ ਕਿਤੇ ਨਾ ਕੋਈ ਸੀ ਅੰਦਰ ਗੱਲ ਜਿਹਦਾ ਕਰਕੇ ਰੱਬ ਨੇ ਹਾਲਾਤ ਬਣਾਏ ਹੋਣੇ ਇੱਕ ਤਾਂ ਫਿਲਮਾਂ ਵੇਖਣ ਦੀ ਮਨਾਹੀ ਸੀ ਛੋਟੇ ਹੁੰਦੇ ਬਚਪਨ 'ਚ ਸਾਡੇ ਸ਼ਹਿਰ ਮੰਡੀ ਜਿਹੜੀ ਮਲੋਟ ਹੈ ਉੱਥੋਂ ਦੋ ਸਿਨਮੇ ਸੀ ਬਜ਼ੁਰਗ ਸਾਡੇ ਦਾਦਾ ਜੀ ਕੋਲੇ ਰਹਿੰਦੇ ਪੜ੍ਹਾਈ ਦੀ ਵਜ੍ਹਾ ਨਾਲ ਕਹਿੰਦੇ ਵੀ ਤੁਹਾਡੀ ਪੜ੍ਹਾਈ ਨਾ ਖਰਾਬ ਹੋਵੇ ਪੜ੍ਹਿਆ ਸੀ ਫਿਰ ਵੀ ਨਹੀਂ ਤਾਂ ਉਹ ਮਹੀਨੇ 'ਚ ਇੱਕ ਫਿਲਮ ਵੇਖਣੀ ਹੁੰਦੀ ਸੀ ਅਤੇ ਉਹ ਅਸੀਂ ਹੁਣ ਇਹ ਫਿਲਮ ਉਸ ਉਮਰ 'ਚ ਵੈਸੇ ਵੇਖਣ ਦੀ ਇਜਾਜ਼ਤ ਨਾ ਹੋਵੇ ਤਾਂ ਫਿਰ ਫੋਟੋਆਂ ਹੀ ਵੇਖ ਲੈਂਦੇ ਫੋਟੋ ਸੈੱਟ 'ਚ ਲਾ ਦਿੰਦੇ ਫੋਟੋ ਸੈੱਟ ਵੇਖ ਕੇ ਆਉਂਦੇ ਸੀ ਦੇਖ ਕੇ ਬੜਾ ਖੁਸ਼ੀ ਹੁੰਦੀ ਕਾਪੀਆਂ ਕਹਿੰਦੇ ਫੋਟੋਆਂ ਲੱਗ ਜਾਂਦੇ ਨਾ ਫੋਟੋ ਸੈੱਟ ਉਹਨਾਂ ਖਿੜਕੀਆਂ 'ਚ ਜਦ ਆਪਦੀਆਂ ਲੱਗਦੀਆਂ ਤਾਂ ਐਂ ਲੱਗਦਾ ਵੀ ਇੱਥੇ ਆਪਾਂ ਵੇਖਦੇ ਸੀ ਤੇ ਮੈਨੂੰ ਜਿਵੇਂ ਕੇਰਾਂ ਪੁੱਛਣ ਲੱਗ ਗਏ ਕਹਿੰਦੇ ਵੀ ਤੂੰ ਲਿਖਣ ਕਿਵੇਂ ਲੱਗਿਆ ਸਾਡੇ ਟੀਵੀ ਹੁੰਦਾ ਨਹੀਂ ਸੀ ਸਾਡੇ ਉੱਥੇ ਮੰਗੇ ਕੇ ਸੀਗੇ ਤਿਲਕ ਰਾਜ ਕੇ ਉਹਨਾਂ ਦੇ ਘਰੇ ਉਹਨਾਂ ਦਾ ਮੁੰਡਾ ਮੇਰਾ ਦੋਸਤ ਸੀ ਉਹਨਾਂ ਘਰੇ ਟੀਵੀ ਸੀ ਔਰ 7:30 ਜਦੋਂ ਫਿਲਮ ਅੱਧੀ ਹੁੰਦੀ ਤਾਂ ਉਹਨਾਂ ਨੇ ਰੋਟੀ ਰਾਟੀ ਖਾਣੀ ਸਾਨੂੰ ਬਾਹਰ ਕੱਢ ਦਿੰਦੇ ਸੀਗੇ ਅਤੇ 7:30 ਤੋਂ ਬਾਅਦ ਜ਼ਿਆਦਾ ਲੇਟ ਜਾ ਨਹੀਂ ਸਕਦੇ ਘਰੇ ਫਿਰ 7:30 ਘਰੇ ਵੜਨਾ ਪੈਂਦਾ ਸੀਗਾ ਵੀ ਪਤਾ ਨਾ ਲੱਗੇ ਵੀ ਫਿਲਮ ਦੇਖ ਕੇ ਆ ਅਗਲੇ ਦਿਨ ਸਕੂਲੇ ਜਾਣਾ ਅਤੇ ਇਹ ਪਤਾ ਨਹੀਂ ਲੱਗਣ ਦੇਣਾ ਵੀ ਇਹਨਾਂ ਦੇ ਘਰੇ ਟੈਲੀਵਿਜ਼ਨ ਹੈ ਨਹੀਂ ਅਤੇ ਫਿਲਮ ਦੇਖੀ ਹੈ ਫਿਰ ਅੱਧੀ ਆਪਦੇ ਕੋਲੋਂ ਜੋੜਨੀ ਵੀ ਐਂ ਕਰਕੇ ਆਏ ਦੂਜੇ ਨੇ ਗੱਲ ਕੀਤੀ ਉਹ ਨਹੀਂ ਆਇਆ ਜਿਹੜਾ ਵੇਖ ਕੇ ਆਉਂਦਾ ਸੀ ਨਾ ਦੂਜਿਆਂ ਨੂੰ ਕਹਾਣੀ ਸੁਣਾਉਂਦਾ ਮੂੰਹ ਨਾਲ ਬਸ ਦੇਸ਼ੋਂ ਅਤੇ ਉਹ ਅੱਧੀ ਜਦੋਂ ਆਪਦੇ ਕੋਲੋਂ ਜੋੜ ਕੇ ਕਰਨੀ ਉਹ ਫਿਰ ਐਂ ਕਰਦੇ ਮੈਨੂੰ ਲੱਗਦਾ ਲਿਖਣ ਮੈਨੂੰ ਕੰਮ ਮੈਨੂੰ ਲੱਗਦਾ ਮੇਰੇ ਡਾਇਰੈਕਟਰ ਨੇ ਪਤਾ ਕਿਉਂ ਦਿੱਤਾ ਹੋਣਾ ਇੱਕ ਤਾਂ ਚਲੋ ਆਪ ਮੁਫਤ ਵੀ ਸਰ ਜੂਗਾ ਇੱਕ ਬਾਗੜੀ ਬੋਲ ਲੈਂਦਾ ਇੱਕ ਨਾ ਮੈਂ ਇਹਨਾਂ ਨੂੰ ਇੱਕ ਦੋ ਐਕਟਰਾਂ ਦੀ ਡਾਇਲੋਗ ਬੋਲ ਕੇ ਸੁਣਾਉਂਦਾ ਹੁੰਦਾ ਉਹਨਾਂ ਨੂੰ ਲੱਗਿਆ ਮੈਨੂੰ ਲੱਗਦਾ ਇਹੀ ਗੱਲ ਹੀ ਹੋਗੀ ਉਹਨਾਂ ਨੂੰ ਲੱਗਿਆ ਮੈਂ ਉਹ ਦੱਸਦੇ ਸਰ ਇਦਾਂ ਦੀ ਗੱਲ ਹੈ ਫਿਰ ਧਰਮ ਭਾਈ ਦੇ ਡਾਇਲੋਗ ਸੁਣਾਉਂਦਾ ਧਰਮ ਭਾਜੀ ਆਵਾਜ਼ ਕਿੰਨਾ ਦਾ ਸੁਣਾਉਂਦੇ ਨੇ ਧਰਮ ਮੈਂ ਅਜੀਤ ਸਾਹਿਬ ਦਾ ਨਾ ਉਹ ਪ੍ਰਤੀਗਿਆ ਫਿਲਮ ਚ ਸੁਣਾਓ ਫਿਰ घोड़े यहीं रुकेंगे मशाले सिर्फ दीनापुर को जलाने के लिए ही जलेंगी हो सके तो उस थानेदार को हमारे सामने जिंदा पकड़ कर लाओ जाओ एक देव साहब का डायलॉग बड़ा याद सी जब दरवाजा खुला तो मैं दंग रह गया दो हंसी आंखें मेरी तरफ देख रही थी और दिल धड़क धड़क कर कह रहा था कि जौनी बेटे तेरी मंजिल यहीं पे है मगर याद रख अगर इन्हें पता चल गया तू चोर है चक्का है छोटी मोटी चोरियों के इल्जाम में बार बार जेल जा चुका है तो इन आंखों में तेरे लिए सवाए नफरत के और कुछ नहीं होगा जियो वाह 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 क्या बात क्या बात एवे नहीं फिर गुगुगेल सुनाओ कोई शिकारी 2 का किस्सा ਭਾਈ ਗਰਮੀ ਬਹੁਤ ਸੀ ਬਸ ਸਿਰ ਕੋ ਕਹਿ ਪਿਆ ਸਿਲਕ ਵਾਲੇ ਤੁਹਾਡੇ ਸਵਾ ਤੇ ਮੈਂ ਖੁੜਤੇ ਬਾਈ ਮੈਂ ਵਾਰੀ ਵਾਰੀ ਆਖਾਂ ਮੈਂ ਕਿਹਾ ਬਾਈ ਹੋਪੀ ਬਾਈ ਦਾ ਧਿਆਨ ਕਿਤੇ ਹੋਰ ਹੈ ਕਿ ਕੀ ਹੈ ਥੋੜੇ ਸੁਸਤ ਸੁਸਤ ਜੇ ਲੱਗ ਰਹੇ ਸੀ ਹਾਂਜੀ ਇਹ ਨਹੀਂ ਪਤਾ ਵੀ ਗਰਮੀ ਦੇ ਬੰਦਲਾਏ ਵੇ ਸੀ ਉਧਰੋਂ ਸ਼ਾਰਟ ਖਤਮ ਹੋਣਾ ਨੇ ਤੇ ਕੰਮੇ ਤੇ ਆਉਣਾ ਤੂੰ ਰੋਟੀ ਡੀ ਖਾਣ ਸਭ ਤੋਂ ਪਹਿਲਾਂ ਹੀ ਉਹਦੇ ਕੁਰਤਾ ਲਾਓ ਆਹੋ ਦੋ ਜਣੇ ਲੱਗ ਕੇ ਕੁਰਤਾ ਲਾਓ ਗਰਮੀ ਇੰਨੀ ਪਰ ਇਹ ਨਾ ਹੋਵੇ ਵੀ ਤੁਸੀਂ ਹਸਪਤਾਲ ਚ ਠੀਕ ਨੀ ਹੋਇਆ ਜੇ ਤੇਰੇ ਵਾਂਗੂ ਗਰਦਨ ਦੀ ਟੇਢੀ ਕਰਕੇ ਆ ਜਾਗੇ
ਨਹੀਂ ਬਿਲਕੁਲ ਆਪਾਂ ਦਰਸ਼ਕਾਂ ਨੂੰ ਕਵਾਂਗੇ ਵੀ ਕਮੈਂਟ ਕਰਕੇ ਨਾ ਯਾਰ ਬੜਾ ਵਧੀਆ ਕੰਮ ਕੀਤਾ ਸੀ ਹਨਾ ਮੈਂ ਬੋਲਦਾ ਵੀਰੇ ਲੋਕਾਂ ਨੇ ਬੜੇ ਵਧੀਆ ਵਧੀਆ ਟੋਟਕੇ ਵਿੱਚ ਪਾਏ ਸੀ ਹਨਾ ਹਾਂ ਫਿਰ ਕੋਈ ਇੱਕ ਅੱਧਾ ਜਿਹੜਾ ਸਾਰੇ ਇਕੱਠੇ ਹੀ ਵੀ ਗੀਤ ਕੋਈ ਹੋਵੇ ਤਿੰਨੇ ਜਾਣੇ ਹੀ ਤੁਸੀਂ ਗੁਣਗੁਣਾ ਸਕੋ ਸੰਗੀਤਕਾਰ ਤੁਸੀਂ ਤੁਸੀਂ ਕਦੇ ਇਹਨਾਂ ਨੂੰ ਹਿੰਦੀ ਗਾਣੇ ਪੁੱਛ ਲਓ ਜਦੀ ਕਹਿ ਦੇਣਗੇ ਮਿਊਜ਼ਿਕ ਓਪੀ ਨਈਅਰ ਸਾਹਿਬ ਦਾ ਇਹ ਤਕਰੀਬਨ 70-71 ਚ 67 ਚ ਇਹ ਰਿਲੀਜ਼ ਹੋਈ ਸੀ ਫਲਾਣੀ ਫਿਲਮ ਦਾ ਗਾਣਾ ਫਲਾਣੇ ਫਲਾਣੇ ਤੇ ਪਿਕਚਰਾਈਜ਼ ਹੋਇਆ ਹੋਇਆ ਗਾਇਆ ਫਲਾਣੇ ਨੇ ਉਹ ਸ਼ੌਕ ਦੀ ਗੱਲ ਹੈ ਮੈਨੂੰ ਮੁਹੰਮਦ ਰਫੀ ਸਾਹਿਬ ਕਿਸ਼ੋਰ ਸਾਹਿਬ ਹੋ ਗਏ ਜਾਂ ਉਸ ਦੌਰ ਦੇ ਜਿਹੜੇ ਹੈਗੇ ਆ ਪੁਰਾਣੇ ਲਤਾ ਜੀ ਤਾਂ ਉਹਨਾਂ ਦੇ ਗਾਣੇ ਬਿਹਤਰੀਨ ਲੱਗਦੇ ਪੰਜਾਬੀ ਦਾ ਮੈਂ ਤੁਹਾਨੂੰ ਸੁਣਦੇ ਦੇਖਿਆ ਸਦੀਕ ਸਾਹਿਬ ਦਾ ਤਾਂ ਸਦੀਕ ਸਾਹਿਬ ਦਾ ਜ਼ਰੂਰ ਸੁਣਾਓ ਕੋਈ ਮੈਨੂੰ ਪੰਜਾਬੀ ਦਾ ਕੋਈ ਯਾਰ ਮੁਹੰਮਦ ਸਦੀਕ ਸਾਹਿਬ ਦਾ ਤੂੰ ਵੀ ਵਾਲਾ ਕੋਈ ਤੂੰ ਵੀ ਵਾਲਾ ਹੋ ਜਾਓ ਫਿਰ ਤੂੰ ਵੀ ਤੇ ਉਹ ਗਾਣਾ ਸੀ ਸਿਖਰ ਦੁਪਹਿਰੇ ਠੇਕਿਓ ਕੀਕੇ ਲਾਲ ਪਰੀ ਆਵੇ ਬੜਕਾ ਮਾਰਦਾ ਮੋਢੇ ਡਾਂਗ ਤਰੀ ਨੀ ਹੋ ਕੇ ਆ ਗਿਆ ਜੱਟ ਸ਼ਰਾਬੀ ਟੁੰਗ ਲੁੰਗ 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 ਹੋ ਕੇ ਆ ਗਿਆ ਜੱਟ ਸ਼ਰਾਬੀ ਹੁਣ ਕਿਉਂ ਲੁਕਦੀ ਫਿਰਦੀ ਹੈ ਭਾਬੀ ਘਰ ਦੀ ਉਰਾਂ ਫੜਾ ਦੇ ਚਾਬੀ ਅੜੀਆਂ ਫੜੀਆਂ ਕਰਦੀ ਕਿਉਂ ਤਕੜੇ ਵਰਗੀ ਹੋ ਜਾ ਮੋਰ ਪਨਾਗੇ ਮਰਦੀ ਕਿਉਂ ਨਹੀਂ ਫੋਕਾ ਸਮਝੀ ਨਾ ਲਲਕਾਰਾ ਤੁੰਗ ਲੁੰਗ ਲੁੰਗ ਇੱਕ ਗੱਲ ਹੋਰ ਹੈ ਉਹ ਜਿੱਤੇ ਆਉਂਦਾ ਫੋਕਾ ਸਮਝੀ ਨਾ ਲਲਕਾਰਾ ਸਾਰੀ ਸੂਈ ਅੜ ਜਾਂਦੀ ਕਈ ਵਾਰੀ ਅੱਛਾ ਫੋਕਾ ਸਮਝੀ ਨਾ ਫੋਕਾ ਸਮਝੀ ਉਹਨੂੰ ਮਾੜਾ ਫੇਰ ਠੋਲਾ ਮਾਰ ਦੇ ਉਹ ਫੇਰ ਆ ਜਾਂਦੀ ਫੋਕਾ ਸਮਝੀ ਨਾ ਲਲਕਾਰਾ ਵਾਹ ਫੋਕਾ ਸਮਝੀ ਨਾ ਲਲਕਾਰਾ ਅੱਜ ਕੋਈ ਕਰਕੇ ਝਗੜਾ ਕਾਰਾ ਕੁੜਤੂ ਕੁੜਮ ਕਬੀਲਾ ਸਾਰਾ ਪੌਣੀ ਕਰਨੀ ਤੇਰੇ ਤੇ ਬੋਲ ਰੜਕਦੇ ਤੇਰੇ ਨੀ ਹੁਣ ਤੱਕ ਸੀਨੇ ਮੇਰੇ ਤੇ ਨੀ ਤੇਰੇ ਵੱਡੇ ਭਰਾ ਦੀ ਰਣਜੀਤ ਕੌਰ ਰਣਜੀਤ ਕੌਰ ਵੀ ਦੇਵਰਾ ਨਾ ਮਾਰੀ ਨਾ ਮਾਰੀ ਚਲ ਬਹੁਤ ਹੋ ਗਿਆ ਅੱਛਾ ਜੀ ਆਪਾਂ ਸਮਾਪਤੀ ਕਰਨ ਤੋਂ ਪਹਿਲਾਂ ਜੀ ਜਿਆਦਾ ਨਹੀਂ ਕਰਦਾ ਵੈਸੇ ਆ ਮਾਹੌਲ ਜਿਹਾ ਬਣਿਆ ਨਜ਼ਾਰਾ ਜਿਹਾ ਆਈ ਜਾਂਦਾ ਠੰਡ ਜੀ ਆ ਗਾਣੇ ਗਾਉਣ ਨੂੰ ਜੀ ਕਰੀ ਜਾਂਦਾ ਗਾਣੇ ਗਾਉਣ ਨੂੰ ਜੀ ਕਰੀ ਜਾਂਦਾ ਸ਼ੌਂਕ ਹਾਂਜੀ ਤੁਹਾਡੇ ਸ਼ੌਂਕ ਕੀ ਹੈ ਅਤੇ ਜਿਸ ਤਰ੍ਹਾਂ ਆਪਾਂ ਨੂੰ ਘੋੜ ਸਵਾਰੀ ਦਾ ਸ਼ੌਕ ਹੈ ਹਮੇਸ਼ਾ ਤੋਂ ਘੋੜੇ ਨਚਾਉਣ ਦਾ ਸ਼ੌਕ ਹੈ ਕੁੱਤਿਆਂ ਦਾ ਸ਼ੌਕ ਹੈ ਜੀ ਤੇ ਅਸਲੇ ਦੀ ਆਪਾਂ ਗੱਲ ਨਹੀਂ ਕਰਨੀ ਹਾਂਜੀ ਅੱਜ ਕੱਲ੍ਹ ਮਨਾਈ ਹੈ ਅਸਲੇ ਦੀ ਆਪਾਂ ਗੱਲ ਨਹੀਂ ਕਰਨੀ ਕੁੱਤਿਆਂ ਦਾ ਨਾਂ ਅਸਲੇ 'ਚ ਰੱਖੀ ਜਿੰਨੇ ਕੁੱਤਿਆਂ ਦਾ ਨਾਂ ਉਹ ਅਸਲੇ ਦੇ ਅੱਛਾ ਜੀ ਕੀ ਨਾਂ ਇੱਕ ਕੁੱਤਾ ਮਾਊਜ਼ਰ ਓਕੇ ਜੀ ਮਾਊਜ਼ਰ ਪਿਸਟਲ ਕੰਪਨੀ ਲੂਗਰ 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 ਵੀ ਪਿਸਟਲ ਤੁਸੀਂ ਰਾਈਫਲ ਵੀ ਹੁੰਦੀ ਹੈ ਕੰਪਨੀ ਓਕੇ ਪਰਾਜੀ 12 ਬੋਰ ਹੁੰਦੀ ਹੈ ਪਰਾਜੀ ਉਹ ਕੁੱਤੀ ਹੈ ਸਾਡੀ ਪੁਆਇੰਟਰ ਓਕੇ ਔਰ ਇੱਕ ਟੂਟੂ ਟੂਟੂ ਹਾਂਜੀ ਟੂਟੂ ਮੇਰਾ ਹਾਂ ਪੁਆਇੰਟ ਟੂਟੂ ਬੋਰ ਹੁੰਦਾ ਓਕੇ ਅਤੇ ਇਸੇ ਤਰ੍ਹਾਂ ਇੱਕ ਨਾ ਟੈਂਕ ਹੁੰਦਾ ਜਰਮਨ ਦਾ ਬੜਾ ਮਸ਼ਹੂਰ ਹੈ ਪੈਂਜ਼ਰ ਓਕੇ ਜੀ ਹਾਂ ਇੱਕ ਕੁੱਤਾ ਉਹ ਹੈ ਚੁਪਾਲ ਲੱਗੀ ਰਹੇ ਚੁਪਾਲ ਤੇ ਚੱਲਦੀ ਰਹੇ ਜਿਹੜਾ ਆ ਗਿਆ ਉੱਠੇ ਰਹੋ ਬਸ ਹੁਣ ਬੈਠੇ ਰਹੋ ਉਹ ਪਤਾ ਲੱਗ ਗਿਆ ਸਮਾਂ ਚਾਹੇ ਉਹ ਸ਼ੂਟਿੰਗ ਦਾ ਪਤਾ ਲੱਗ ਗਿਆ ਸਵੇਰੇ ਸ਼ੂਟਿੰਗ ਉੱਠਣਾ ਸ਼ੂਟਿੰਗ ਹੈ ਰੱਬ ਕਰੇ ਛੇਤੀ ਇਹ ਬਹੁਤ ਵੱਡੀ ਆਪਣੀ ਹਿੱਟ ਸਾਬਤ ਹੋਵੇ ਆਪਣੇ ਪਿਆਰ ਕਰਨ ਵਾਲੇ ਇਹਨੂੰ ਕਾਮਯਾਬ ਕਰਨ ਤੇ ਆਪਾਂ ਜਲਦੀ ਤੀਜਾ ਪਾਰਟ ਇਹਦਾ ਸ਼ੁਰੂ ਕਰੀਏ ਜੀ ਅਪ੍ਰੈਲ ਚ ਤੇ ਹਾਂ ਤੇ ਆਪਾਂ ਫਿਰ ਰੌਣਕ ਲਾਈਏ ਉੱਥੇ ਸਾਰੇ ਭਰਾ ਇਕੱਠੇ ਹੋਈਏ ਜਾਂਦੇ ਜਾਂਦੇ ਤੁਸੀਂ ਸ਼ੌਂਕ ਦੱਸ ਦਿਓ ਮੇਰਾ ਤੇ ਹੈ ਕਿ ਥੋੜਾ ਜਿਹਾ ਠੀਕ ਠਾਕ ਦੇਖਦੇ ਰਹੋ ਜ਼ਿੰਦਗੀ 'ਚ
ਚਾਹੇ ਜਿੱਥੇ ਵੀ ਹੋਵੇ ਮਤਲਬ ਫਿੱਟ ਜੇ ਇਹਨਾਂ ਨੇ ਸਹੀ ਸ਼ੌਂਕ ਦੱਸਿਆ ਨਹੀਂ ਉਸਤਾਦ ਜੀ ਅੱਛਾ ਜੀ ਉਹ ਵਾਲੇ ਦੱਸਣ ਵਾਲੇ ਨਹੀਂ ਉਹ ਮੈਨੂੰ ਪਤਾ ਇਹ ਕਾਨੇ ਦੱਸਣਗੇ ਤੁਹਾਨੂੰ ਸਾਹਮਣੇ ਕਹਿਣਗੇ ਹਲਕੇ ਹਲਕੇ ਦੱਸਣੇ ਨਾ ਜਵਾਬ ਆਪਾਂ ਮੈਂ ਤਾਂ ਸਿਰਫ ਦਰਸ਼ਕਾਂ ਨੂੰ ਇੱਕ ਹੀ ਗੱਲ ਕਰੂੰਗਾ ਬੇਨਤੀ ਕਰੂੰਗਾ ਕਿ ਆ ਗਈ ਆ ਚੌਪਾਲ ਤੇ ਸ਼ਿਕਾਰੀ 2 ਜੀ ਦੇਖ ਲਈ ਬਹੁਤ ਲੋਕਾਂ ਨੇ ਦੇਖ ਲਈ ਔਰ ਬਹੁਤ ਦੇਖ ਰਹੇ ਨੇ ਅੱਛਾ ਰਿਸਪੌਂਸ ਵੀ ਆ ਰਿਹਾ ਤੁਸੀਂ ਕਮੈਂਟਸ ਆਪਦੇ ਸਹੀ ਕਮੈਂਟਸ ਦਿਓ ਔਰ ਜ਼ਰੂਰ ਦੇਖੋ ਜਿਹਨਾਂ ਨੇ ਨਹੀਂ ਦੇਖੀ ਔਰ ਚੌਪਾਲ ਨੂੰ ਡਾਊਨਲੋਡ ਕਰੋ ਐਪ ਡਾਊਨਲੋਡ ਕਰਕੇ ਉੱਤੇ ਦੇਖੋ ਬਸ ਆ ਮੇਨ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ ਜੀ ਜੋ ਵੀਰ ਹੋਰਾਂ ਨੇ ਕਿਹਾ ਅਸੀਂ ਸਾਰੇ ਇਹੋ ਬੇਨਤੀ ਕਰਦੇ ਹਾਂ ਕਿ ਤੁਸੀਂ ਬਹੁਤ ਪਿਆਰ ਦਿੱਤਾ ਹੈ ਹਮੇਸ਼ਾ ਪਹਿਲੀ ਨੂੰ ਵੀ ਦੂਜੀ ਨੂੰ ਵੀ ਔਰ ਹੋਰ ਇਹਨੂੰ ਮੁਹੱਬਤ ਨੂੰ ਵਧਾ ਦਿਓ ਬਿਲਕੁਲ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਸੀਰੀਜ਼ ਲੈ ਕੇ ਆਈਏ ਅਗਲੀ ਦੇ ਵਿੱਚ ਪਰ ਮੈਂ ਲਾਈਨ ਜ਼ਰੂਰ ਯੂਜ਼ ਕਰਨੀ ਆ ਕਿਹੜੀ ਵੀ ਹਾਥੀ ਦੀ ਪੈਰ 'ਚ ਸਾਰੀਆਂ ਪੈੜਾਂ ਪੈਣਾ ਇਹਦੇ ਕੀ ਕਰ ਗਿਆ ਨਾ ਮੈਂ ਰਾਈਟਰ ਵਾਲਾ ਕੰਮ ਆਪਦਾ ਉਸਤਾਦ ਜੀ ਫਿੱਟ ਹੋ ਗਈ ਗੋਟੀ ਫਿੱਟ ਚਲੋ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ